ਇਸ ਵੇਲੇ ਦੀ ਵੱਡੀ ਖਬਰ ਅਮਰਿਤਪਾਲ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਅਮਰਿਤਪਾਲ ਸਿੰਘ ਹਰਿਆਣਾ ਫਰਾਰ ਹੋ ਚੁੱਕਾ ਹੈ ਹਰਿਆਣਾ ਦੇ ਵਿੱਚ ਉਸਨੇ ਸ਼ਹਿਬਾਦ ਦੇ ਵਿੱਚ ਦੋ ਦਿਨ ਕਿਸੇ ਘਰ ਦੇ ਵਿੱਚ ਬਤੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਸ਼ਹਿਬਾਦ ਦੇ ਵਿੱਚ ਇੱਕ ਘਰ ਦੇ ਵਿੱਚ ਅਮਰਿਤਪਾਲ ਸਿੰਘ ਦੋ ਦਿਨ ਰੁਕਿਆ ਹੈ ਇੰਨਾ ਹੀ ਨਹੀਂ ਹਰਿਆਣਾ ਪੁਲਿਸ ਵੱਲੋਂ ਇੱਕ ਮਹਿਲਾ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਦੇ ਕੋਲੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਨੇ ਮਹਿਲਾ ਨੂੰ ਦੱਸਿਆ ਸੀ ਕਿ ਹੁਣ ਉਹ ਉੱਤਰਾਖੰਡ ਜਾ ਰਿਹਾ ਹੈ ਤੇ ਇਸ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਪੰਜਾਬ ਤੋਂ ਹਰਿਆਣਾ ਪਹੁੰਚਦਾ ਹਰਿਆਣਾ ਤੋਂ ਹੁਣ ਯਮਨਾ ਨਗਰ ਰਾਹੀਂ ਉੱਤਰਾਖੰਡ ਦੇ ਜਾਣ ਦੀ ਤਿਆਰੀ ਕਰ ਰਿਹਾ ਹੈ ਇਸ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਫਿਲਹਾਲ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਤੇ ਇੱਥੇ ਦੱਸਦੀ ਹੈ ਕਿ ਪੁਲਿਸ ਵੱਲੋਂ ਵਾਰ-ਵਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਨੂੰ ਹələ ਤੱਕਨ ਗ੍ਰਿਫਤਾਰ ਨਹੀਂ ਕੀਤਾ ਗਿਆ ਅੱਜ 6ਵਾਂ ਦਿਨ ਹੈ ਹੱਲੇ ਵੀ ਅਮਰਿਤਪਾਲ ਸਿੰਘ ਦੇ ਪਲ ਜਾਰੀ ਹੈ ਅਮਰਿਤਪਾਲ ਸਿੰਘ ਹੱਲੇ ਤੱਕਨ ਫਰਾਜ ਚੜ੍ਹਿਆ ਤੇ ਉੱਥੇ ਹੀ ਸੂਤਰਾਂ ਦੇ حوالے ਤੋਂ ਇੱਕ ਖਬਰ سامنے ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ 18 ਮਾਰਚ ਨੂੰ ਪੰਜਾਬ ਦੇ ਵਿੱਚ ਸੀਗਾ ਜਿਸ ਤੋਂ ਬਾਅਦ 19 ਤੋਂ 20 ਤਰੀਕ ਨੂੰ 19 ਤੋਂ 20 ਤਰੀਕ ਦੋ ਦਿਨ ਉਸਨੇ ਹਰਿਆਣਾ ਦੇ ਵਿੱਚ ਬਤਾਏ ਨੇ ਹਰਿਆਣਾ ਦੇ ਸ਼ਾਹਬਾਦ ਦੇ ਇੱਕ ਇਲਾਕੇ ਸ਼ਾਹਬਾਦ ਦੇ ਵਿੱਚ ਉਸ ਸ਼ਾਹਬਾਦ ਦੇ ਵਿੱਚ ਉਸਨੇ ਇੱਕ ਘਰ ਦੇ ਵਿੱਚ ਦੋ ਦਿਨ ਬਤਾਏ ਨੇ ਤੇ ਜਿਸ ਤੋਂ ਬਾਅਦ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਉਹ ਉੱਤਰਾਖੰਡ ਨਵਜਾਨ ਦੇ ਤਿਆਰੀ ਦੇ ਵਿੱਚ ਸੀਗਾ ਤੇ ਹੁਣ ਦੱਸਿਆ ਕਿ ਉੱਤਰਾਖੰਡ ਬਾਰਡਰ ਤੇ ਵੀ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਉੱਤਰਾਖੰਡ ਪੁਲਿਸ ਨੂੰ ਵੀ ਅਜੜੀਆ ਪੁਲਿਸ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਦੋਹਾਂ ਸੂਬਿਆਂ ਦੇ ਵਿੱਚ ਅਲਰਟ ਵਧਾ ਦਿੱਤਾ ਗਿਆ ਉੱਥੇ ਹੀ ਨੇਪਾਲ ਬਾਰਡਰ ਤੇ ਵੀ ਜਿਹੜਾ ਅਲਰਟ ਵਧਾਇਆ ਗਿਆ ਨੇਪਾਲ ਨਾ ਪਛ ਸਕਣ ਇਸ ਕਾਰਨ ਅਮਰਿਤਪਾਲ ਸਿੰਘ ਨੇਪਾਲ ਨਾ ਪਛ ਸਕਣ ਇਸ ਲਈ ਨੇਪਾਲ ਬਾਰਡਰ ਤੇ ਵੀ ਅਲਰਟ ਵਧਾ ਦਿੱਤਾ ਗਿਆ ਤੇ ਫਿਲਹਾਲ ਸੂਤਰਾਂ ਦੇ ਹਵਾਲੇ ਤੋਂ ਸਾਰੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਪੰਜਾਬ ਤੋਂ ਹਰਿਆਣਾ ਫਰਾਰ ਹੋ ਗਿਆ ਤੇ ਉਸ ਤੋਂ ਬਾਅਦ ਉਸਦੇ ਵੱਲੋਂ ਉੱਤਰਾਖੰਡ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਇਸ ਸੰਬੰਧੀ ਹੋਰ ਖਬਰ ਦੇਖਣ ਲਈ ਦੇਖਦੇ ਰਹੋ ਪੰਜਾਬੀ ਬੁਲੇਟਿਨ ਇਸ ਵੇਲੇ ਦੀ ਵੱਡੀ ਖਬਰ ਅਮਰਿਤਪਾਲ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਅਮਰਿਤਪਾਲ ਸਿੰਘ ਹਰਿਆਣਾ ਫਰਾਰ ਹੋ ਚੁੱਕਾ ਹੈ ਹਰਿਆਣਾ ਦੇ ਵਿੱਚ ਉਸਨੇ ਸ਼ਾਹਬਾਦ ਦੇ ਵਿੱਚ ਦੋ ਦਿਨ ਕਿਸੇ ਘਰ ਦੇ ਵਿੱਚ ਬਤੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਸ਼ਾਹਬਾਦ ਦੇ ਵਿੱਚ ਇੱਕ ਘਰ ਦੇ ਵਿੱਚ ਅਮਰਿਤਪਾਲ ਸਿੰਘ ਦੋ ਦਿਨ ਰੁਕਿਆ ਹੈ ਇਨਾ ਹੀ ਨਹੀਂ ਹਰਿਆਣਾ ਪੁਲਿਸ ਵੱਲੋਂ ਇੱਕ ਮਹਿਲਾ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਦੇ ਕੋਲੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਨੇ ਮਹਿਲਾ ਨੂੰ ਦੱਸਿਆ ਸੀ ਕਿ ਹੁਣ ਉਹ ਉੱਤਰਾਖੰਡ ਜਾ ਰਿਹਾ ਹੈ ਤੇ ਇਸ ਉਤਰਾਂ ਦੇ حوالے ਤੋਂ ਖਬਰ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਪੰਜਾਬ ਤੋਂ ਹਰਿਆਣਾ ਪਹੁੰਚਦਾ ਹਰਿਆਣਾ ਤੋਂ ਹੁਣ ਯਮਨਾ ਨਗਰ ਰਾਹੀਂ ਉੱਤਰਾਖੰਡ ਦੇ ਜਾਣ ਦੀ ਤਿਆਰੀ ਕਰ ਰਿਹਾ ਹੈ ਇਸ ਉਤਰਾਣ ਦੇ ਹਵਾਲੇ ਤੋਂ ਖਬਰ ਹੈ ਫਿਲਹਾਲ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਤੇ ਇੱਥੇ ਦੱਸਦੀ ਹੈ ਕਿ ਪੁਲਿਸ ਵੱਲੋਂ ਵਾਰ-ਵਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਨੂੰ ਹਾਲੇ ਤੱਕਨ ਗ੍ਰਿਫਤਾਰ ਨਹੀਂ ਕੀਤਾ ਗਿਆ ਅੱਜ 6ਵਾਂ ਦਿਨ ਹੈ ਹੱਲੇ ਵੀ ਅਮਰਿਤਪਾਲ ਸਿੰਘ ਦੀ ਭਾਲ ਜਾਰੀ ਹੈ ਅਮਰਿਤਪਾਲ ਸਿੰਘ ਹਾਲੇ ਤੱਕਨ ਫਰਾਰ ਚੜ੍ਹਿਆ ਤੇ ਉੱਥੇ ਹੀ ਇਸ ਉਤਰਾਣ ਦੇ ਹਵਾਲੇ ਤੋਂ ਇੱਕ ਖਬਰ سامنے ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ 18 ਮਾਰਚ ਨੂੰ ਪੰਜਾਬ ਦੇ ਵਿੱਚ ਸੀਗਾ ਜਿਸ ਤੋਂ ਬਾਅਦ 19 ਤੋਂ 20 ਤਰੀਕ ਉਹਨੇ ਤੋਂ 20 ਤਰੀਕ 2 ਦਿਨ ਉਸਨੇ ਹਰਿਆਣਾ ਦੇ ਵਿੱਚ ਬਤੇ ਨੇ ਹਰਿਆਣਾ ਦੇ ਸ਼ਾਹਬਾਦਿਕ ਇਲਾਕਾ ਸ਼ਾਹਬਾਦ ਦੇ ਵਿੱਚ ਉਸ ਸ਼ਾਹਬਾਦ ਦੇ ਵਿੱਚ ਉਸਨੇ ਇੱਕ ਘਰ ਦੇ ਵਿੱਚ 2 ਦਿਨ ਬਤਾਏ ਨੇ ਤੇ ਜਿਸ ਤੋਂ ਬਾਅਦ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣੋਂ ਉੱਤਰਾਖੰਡ ਜਾਨ ਦੀ ਤਿਆਰੀ ਦੇ ਵਿੱਚ ਸੀਗਾ ਤੇ ਹੁਣ ਦੱਸਿਆ ਕਿ ਉੱਤਰਾਖੰਡ ਬਾਰਡਰ ਤੇ ਵੀ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਉੱਤਰਾਖੰਡ ਪੁਲਿਸ ਨੂੰ ਵੀ ਅਜੜੀਆ ਪੁਲਿਸ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਦੋਹਾਂ ਸੂਬਿਆਂ ਦੇ ਵਿੱਚ ਅਲਰਟ ਵਧਾ ਦਿੱਤਾ ਗਿਆ ਉੱਥੇ ਹੀ ਨੇਪਾਲ ਬਾਰਡਰ ਤੇ ਵੀ ਜਿਹੜਾ ਅਲਰਟ ਵਧਾਇਆ ਗਿਆ ਨੇਪਾਲ ਨਾ ਭੱਜ ਸਕਣ ਇਸ ਕਾਰਨ ਅਮਰਿਤਪਾਲ ਸਿੰਘ ਨੇਪਾਲ ਨਾ ਭੱਜ ਸਕਣ ਇਸ ਲਈ ਨੇਪਾਲ ਬੋਰਡ ਤੇ ਵੀ ਅਲਰਟ ਵਧਾ ਦਿੱਤਾ ਗਿਆ ਤੇ ਫਿਲਹਾਲ ਸੂਤਰਾਂ ਦੇ ਹਵਾਲੇ ਤੋਂ ਸਾਰੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਪੰਜਾਬ ਤੋਂ ਹਰਿਆਣਾ ਫਰਾਰ ਹੋ ਗਿਆ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਉੱਤਰਾਖੰਡ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਇਸ ਸੰਬੰਧੀ ਹੋਰ ਖਬਰ ਦੇਖਣ ਲਈ ਦੇਖਦੇ ਰਹੋ ਪੰਜਾਬੀ ਬੁਲੇਟਿਨ